ਰਸਤਾ ਛੋੜ ਕੁਰਸਤੇ ਤੁਰਦਾ ਸੋਈ ਟੱਕੇਗਾ। ਜਿਹੜਾ ਰਾਹ ਛੱਡ ਕੇ ਕੁਰਾਹੇ ਪਏਗਾ ਉਹਨੂੰ ਫਿਰ ਧੱਕੇ ਹੀ ਖਾਣੇ ਪੈਣਗੇ, ਧੱਕੇ ਹੀ ਰਹੇ। ਆਹ ਵੇਖੋ ਮੈਂ ਬੇਨਤੀ ਕਰ ਰਿਹਾ ਨਾ, ਕਿੱਡੇ ਮਾਣ ਵਾਲੀ ਗੱਲ ਕੀਤੀ ਹੈ ਵੀ 24 ਘੰਟੇ ਗੁਰੂ ਕੇ ਲੰਗਰ ਚੱਲਦੇ ਨੇ, 24 ਘੰਟੇ ਬਾਣੀ ਪੜ੍ਹੀ ਜਾਂਦੀ ਹੈ, ਗੁਰਦੁਆਰੇ ਬਣੇ ਨੇ। ਪਰ ਹੁਣ ਆ ਉਹ ਵੀ ਗੁਰਦੁਆਰੇ ਤੁਹਾਡੇ ਇੰਗਲੈਂਡ ਵਿੱਚ ਹੀ ਨੇ ਜਿੱਥੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਨਾਲ ਵਾਲੇ ਹਾਲ ਦੇ ਵਿੱਚ ਹੀ ਸ਼ਰਾਬ ਚੱਲਦੀ ਹੈ, ਨਾਲ ਵਾਲੇ ਹਾਲ ਵਿੱਚ ਹੀ ਮਾਸ ਚੱਲਦਾ। ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਣਾ ਨੇ, ਸਿੰਘ ਸਾਹਿਬ ਰਣਜੀਤ ਸਿੰਘ ਸੀ ਜਦੋਂ ਅਕਾਲ ਤਖ਼ਤ ਦੇ ਜਹੇਦਾਰ, ਜਿਨ੍ਹਾਂ ਨੇ ਨਿਰੰਕਾਰੀਏ ਗੁਰਬਚਨੇ ਨੂੰ ਸੋਧਾ ਲਾਇਆ। ਭਾਈ ਰਣਜੀਤ ਸਿੰਘ ਜੀ ਨੇ ਸਿੰਘ ਸਾਹਿਬ ਹੁੰਦਿਆਂ ਹੁਕਮਨਾਮਾ ਜਾਰੀ ਕੀਤਾ 2005 'ਚ ਕਿ ਜਿੰਨੇ ਵੀ ਪੈਲਸ ਬਣੇ ਨੇ, ਜਿਹੜੇ ਵੀ ਹਾਲ ਬਣਾਏ ਆ ਤੁਸੀਂ, ਉਹਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਲਿਜਾ ਸਕਦੇ। ਹਾਲ ਬਣਾਏ ਉਹਨਾਂ 'ਚ ਨਹੀਂ ਲਿਜਾ ਸਕਦੇ, ਕਿਉਂ? ਉੱਥੇ ਹੀ ਮਾਸ ਵਰਤਦਾ, ਉੱਥੇ ਹੀ ਸ਼ਰਾਬ ਵਰਤਦੀ ਹੈ, ਮਾੜੀ ਜਿਹੀ ਸਫਾਈ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਜਾਂਦੇ ਹੋ। ਇਹ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੈ। ਤੇ ਲੋਕਾਂ ਨੇ ਮੰਨ ਲਿਆ ਹੁਕਮਨਾਮਾ ਤੇ ਕੀ ਕੀਤਾ, ਬਹੁਤਿਆਂ ਗੁਰਦੁਆਰਿਆਂ ਵਾਲਿਆਂ ਨੇ ਆਪਣੀ ਗੋਲਕ ਵਧੇ, ਇੱਥੇ ਲੋਕ ਆਉਂਦੇ ਰਹਿਣ, ਇੱਥੇ ਜੁੜੇ ਰਹਿਣ, ਕਈ ਗੁਰਦੁਆਰਿਆਂ ਦੇ ਨਾਲ ਹੀ ਪੈਲਸ ਬਣਾ ਤੇ, ਨਾ ਹਾਲ ਦਾ ਦਿੱਤਾ ਵੀ ਅਸੀਂ ਹਾਲ ਬਣਾਇਆ ਹੈ। ਉਹ ਜਿਹੜਾ ਹਾਲ ਬਣਿਆ ਇੱਕ ਬੰਦੇ ਨੇ ਨਹੀਂ ਬਣਾਇਆ, ਸਾਰੀ ਸੰਗਤ ਦਾ ਪੈਸਾ ਹੈ। ਗੁਰਦੁਆਰੇ 'ਚ ਜਿਹੜੀ ਵੀ ਚੀਜ਼ ਬਣਦੀ ਹੈ ਉਹ ਸੰਗਤ ਦੇ ਮਾਇਆ ਨਾਲ ਬਣਦੀ ਹੈ, ਕਿਰਤ ਬਿਰਤ ਕਰਕੇ ਸਾਰੀਆਂ ਸੰਗਤਾਂ ਵਿੱਚ ਹਿੱਸਾ ਪਾਉਂਦੀਆਂ ਨੇ, ਦਸਵੰਧ ਮਾਇਆ ਕੱਢਦੀਆਂ ਨੇ ਤੇ ਸਾਧ ਸੰਗਤ ਉਹਦੇ ਤੋਂ ਫਿਰ ਹਾਲ ਬਣਾਉਂਦੇ ਨੇ ਉਹਨਾਂ ਹਾਲਾਂ ਦੇ ਵਿੱਚ ਹੀ। ਇੱਥੇ ਤੁਹਾਡੇ ਇੰਗਲੈਂਡ ਵਿੱਚ ਅਜੇ ਵੀ 5-7 ਗੁਰਦੁਆਰੇ ਏਦਾਂ ਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੁੰਦਾ ਹੈ ਤੇ ਸਾਹਮਣੇ ਵਾਲੇ ਜਾਂ ਨਾਲ ਵਾਲੇ ਹਾਲ ਦੇ ਵਿੱਚ ਹੀ ਸ਼ਰਾਬ ਚੱਲਦੀ ਹੁੰਦੀ, ਉੱਧਰ ਸੁਖਮਨੀ ਸਾਹਿਬ ਪੜਿਆ ਜਾਂਦਾ, ਉੱਧਰ ਡੀਜੇ ਤੇ ਗੀਤ ਚੱਲਦੇ ਹੁੰਦੇ, ਏਦਾਂ ਦੀ ਬੇਅਦਬੀ ਹੁੰਦੀ। ਇਹਦੇ ਵਾਸਤੇ ਵੀ ਮੈਂ ਅਰਜ਼ ਕਰਾਂਗਾ, ਵੇਖੋ ਪਿਆਰਿਓ, ਕਈ ਸਿੰਘ ਨਾ ਤੁਹਾਡੇ ਇੰਗਲੈਂਡ ਦੇ ਗਰਮ ਹੋ ਕੇ, ਇੱਥੇ ਰੌਲਾ ਵੀ ਬੜਾ ਪਿਆ, ਝਗੜਾ ਵੀ ਹੋਇਆ, ਲੜਾਈਆਂ ਵੀ ਹੋਈਆਂ, ਜੁੱਤੀਆਂ ਵੀ, ਇੱਥੇ ਤਲਵਾਰਾਂ ਵੀ ਚੱਲੀਆਂ, ਸਿਰਫ ਇੰਗਲੈਂਡ 'ਚ ਇਹਨਾਂ ਗੱਲਾਂ ਕਰਕੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਕਰੋ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨੇੜੇ ਹਾਲ ਵਿੱਚ ਪਾਰਟੀਆਂ ਹੋਣ, ਨੇੜੇ ਹਾਲਾਂ ਦੇ ਵਿੱਚ ਬੇਅਦਬੀ ਹੋਵੇ, ਸ਼ਰਾਬਾਂ ਚੱਲਣ, ਮਾਸ ਚੱਲੇ, ਇਹ ਮਾੜੀ ਗੱਲ ਹੈ। ਤੇ ਸਿੰਘਾਂ ਨੇ ਉੱਥੇ ਜਾ ਕੇ ਕਈਆਂ ਨੂੰ ਸੋਧਾ ਵੀ ਲਾਇਆ, ਬਾਅਦ ਵਿੱਚ ਬੜੇ ਲੋਕ ਰੌਲਾ ਪਾਉਂਦੇ ਨੇ, ਵੇਖੋ ਜੀ ਬੜੇ ਨੌਜਵਾਨ ਗਰਮ ਨੇ, ਇਹ ਨੌਜਵਾਨ ਬੜੇ ਤੱਤੇ ਨੇ, ਏਦਾਂ ਨਹੀਂ ਕਰਨਾ ਚਾਹੀਦਾ। ਗੁਰਮੁਖੋ ਜੇ ਕੋਈ ਪਿਆਰ ਨਾਲ ਨਾ ਮੰਨੇ ਤੇ ਫਿਰ ਕੀ ਕਰੇ? ਜਿਹੜਾ ਹੁਣ ਆਪਾਂ ਹੁਣ ਵੇਖੋ ਲਾਈਵ ਸੰਗਤਾਂ ਸੁਣਦੀਆਂ ਨੇ, ਕਿੰਨੇ ਲੋਕ ਨੇ ਜਿਹੜੇ ਘਰਾਂ 'ਚ ਬੈਠੇ ਸੁਣਦੇ ਹੋਣਗੇ, ਕਮੇਟੀਆਂ ਵਾਲੇ ਵੀ ਬੜੇ ਸੁਣਦੇ ਹੋਣਗੇ, ਜੇ ਕਮੇਟੀਆਂ ਵਾਲੇ ਨਹੀਂ ਸੁਣਦੇ, ਸੰਗਤ ਬਹੁਤ ਸੁਣਦੀ ਹੈ, ਘਰਾਂ 'ਚ ਵੀ ਪ੍ਰੋਗਰਾਮ ਸੁਣਦੇ ਹੋ, ਜੇ ਸੰਗਤ ਹੀ ਇਸ ਗੱਲ ਵਾਸਤੇ ਕਾਇਮ ਹੋ ਜਾਏ, ਕਮੇਟੀਆਂ ਵਾਲਿਆਂ ਨੂੰ ਆਖੇ ਵੀ ਆਹ ਕੰਮ ਨਹੀਂ ਆਪਾਂ ਕਰਨਾ, ਆਹ ਕੁਝ ਨਹੀਂ ਹੋਣ ਦੇਣਾ, ਗੁਰਦੁਆਰਿਆਂ ਦੇ ਵਿੱਚ ਸ਼ਰਾਬਾਂ ਚੱਲਣੀਆਂ, ਮਾਸ ਚੱਲਣਾ, ਇਹ ਮਾੜੀ ਗੱਲ ਹੈ, ਇੱਥੇ ਗੁਰੂ ਦੀ ਮਰਿਆਦਾ ਹੀ ਲਾਗੂ ਰੱਖੀਏ। ਤੇ ਜੇ ਅਸੀਂ ਏਦਾਂ ਕਰਾਂਗੇ, ਬੇਅਦਬੀ ਕਰਾਂਗੇ ਨਾ ਗੁਰਮੁਖੋ, ਖਿਮਾ ਕਰਨਾ ਪਿਆਰਿਓ, ਜਦੋਂ ਏਦਾਂ ਦਾ ਕੁਝ ਹੋਣ ਲੱਗ ਜਾਂਦਾ ਨਾ, ਓਨਾ ਹੀ ਫਿਰ ਸਾਡੀ ਜ਼ਿੰਦਗੀ 'ਚ ਹਲਚਲ ਹੋਣੀ ਸ਼ੁਰੂ ਹੋ ਜਾਂਦੀ, ਓਨਾ ਹੀ ਔਖੇ ਹੋਵਾਂਗੇ ਆਪਾਂ। ਜਿੰਨਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਾਂਗੇ, ਓਨਾ ਹੀ ਸਾਡਾ ਇਹਨਾਂ ਦੇਸ਼ਾਂ 'ਚ ਸਤਿਕਾਰ ਹੋਏਗਾ, ਓਨਾ ਹੀ ਮਾਣ ਵਧੇਗਾ। ਪਰ ਜੇ ਏਦਾਂ ਦਾ ਕੁਝ ਨਹੀਂ ਰੋਕਾਂਗੇ ਤੇ ਇਹਦਾ ਫਿਰ ਬਹੁਤ ਵੱਡੇ ਨੁਕਸਾਨ ਹੋਣਗੇ। ਇਸ ਕਰਕੇ ਮੈਂ ਬੇਨਤੀ ਲਾਈਵ ਚੱਲਦੇ ਕਰਕੇ ਵੀ ਕਰਨਾ ਵੀ ਸਾਰੀ ਸੰਗਤ ਨੂੰ ਇਹਦੇ ਵਾਸਤੇ ਸੁਚੇਤ ਜ਼ਰੂਰ ਹੋਣਾ ਚਾਹੀਦਾ ਵੀ ਕਿਸੇ ਵੀ ਗੁਰਦੁਆਰੇ ਦੇ ਵਿੱਚ ਸ਼ਰਾਬ ਮਾਸ ਨਹੀਂ ਚੱਲਣ ਦੇਣਾ, ਕਿਸੇ ਗੁਰਦੁਆਰੇ ਦੇ ਵਿੱਚ ਏਦਾਂ ਦੀਆਂ ਜਿੱਥੇ ਗਾਉਣ ਵਾਲੇ ਨੱਚਣ ਟੱਪਣ ਵਾਲੇ ਵਿਆਹ ਹੋਣੇ ਚਾਹੀਦੇ ਆ, ਕਰੋ ਜ਼ਰੂਰ, ਸ਼ਾਦੀਆਂ ਕਰੋ, ਪਰ ਏਦਾਂ ਦਾ ਕੁਝ ਰੋਕੋ। ਜੇ ਰੋਕੋਗੇ ਫਾਲਤੂ ਖਰਚਿਆਂ ਤੋਂ ਵੀ ਬਚ ਜਾਂਗੇ, ਜਿਹੜਾ ਏਡਾ ਏਡਾ ਨੁਕਸਾਨ ਹੁੰਦਾ ਉਹ ਤੋਂ ਵੀ ਬਚਾਂਗੇ। ਤੇ ਮੇਰੀ ਬੇਨਤੀ ਵੱਲ ਜ਼ਰੂਰ ਆਪ ਜੀ ਨੇ ਖਿਆਲ ਧਿਆਨ ਰੱਖਣਾ ਵੀ ਇਹ ਇਸ ਗੱਲ ਦਾ ਜ਼ਰੂਰ ਖਿਆਲ ਰੱਖੀਏ ਕਿ ਗੁਰਦੁਆਰਿਆਂ ਵਿੱਚ ਗੁਰੂ ਸਾਹਿਬ ਦਾ ਅਦਬ ਸਤਿਕਾਰ ਮੁੱਖ ਰੱਖਣਾ, ਇਹ ਬੜਾ ਜ਼ਰੂਰੀ ਹੈ।